ਆਕਾਸ਼ਵਾਣੀ ਖਬਰਾਂ ਸ਼ਿਵੀ ਸੂਰੀ ਕੋਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਝਾਰਖੰਡ, ਗੁਜਰਾਤ ਤੇ ਓਡੀਸ਼ਾ ਦੇ 3 ਦਿਨਾਂ ਦੇ ਦੌਰੇ ਪਰ। ਰਾਸ਼ਟਰੀ ਸੁਰੱਖਿਆ ਕਾਰਨਨੀਤੀ ਸੰਮੇਲਨ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੇ NIA ਤੇ ਰਾਜ ਆਤੰਕ ਰੋਧੀ ਦਸਤੇ ਵਿਚਕਾਰ ਆਪੋ ਚ ਸਹਿਯੋਗ ਵਧਾਉਣ ਦਾ ਆਹਵਾਨ ਕੀਤਾ ਹੈ। ਮਹਿਲਾ ਡਾਕਟਰ ਕੰਨੇ ਦੁਸ਼ਕਰਮ ਮਾਮਲੇ ਚ RG ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਤਲਾ ਥਾਣੇ ਦੇ ਸਾਬਕਾ ਪ੍ਰਭਾਰੀ ਅਭਿਜੀਤ ਮੰਡਲ ਕੀ CBI ਨੇ ਗ੍ਰਿਫਤਾਰ ਕੀਤਾ ਹੈ। 55ਵੇਂ ਇਫੀ 2024 ਚ ਨਵੋਦਿਤ ਭਾਰਤੀ ਫਿਲਮੇ ਲਈ ਨਵਾਂ ਖੰਡ ਸ਼ੁਰੂ ਕੀਤਾ ਜਾਗ। ਕੇਰਲ ਚ ਰਾਜ ਚ ਸਭਨੇ ਸ਼ਾਹ ਵੱਡਾ ਸੰਸਕ੍ਰਿਤਿਕ ਮਹੋਤਸਵ ਤੇ ਸਭਨੇ ਸ਼ਾਹ ਪਵਿੱਤਰ ਦਿਹਾੜਾ ਤਿਰੂਓਨਮ ਮਨਾਇਆ ਜਾ ਰਿਹਾ ਹੈ ਤੇ ਬਰੂਸਲ ਚ ਨੀਰਜ ਚੋਪੜਾ ਹੋਰੇ ਡਾਇਮੰਡ ਲੀਗ ਫਾਈਨਲ ਚ 2 ਥਾਰ ਹਾਸਲ ਕੀਤੀ। ਖਬਰਾਂ ਦੀ ਤਫਸੀਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਥਮਾਂ ਝਾਰਖੰਡ, ਗੁਜਰਾਤ ਤੇ ਓਡੀਸ਼ਾ ਦੇ 3 ਦਿਨੇ ਦੀ ਯਾਤਰਾ ਪਰ ਹਨ। ਅੱਜ ਝਾਰਖੰਡ ਚ ਟਾਟਾ ਨਗਰ, ਪਟਨਾ ਵੰਦੇ ਭਾਰਤ ਟ੍ਰੇਨ ਸਣੇ 6 ਵੰਦੇ ਭਾਰਤ ਰੇਲ ਗੱਡੀਆਂ ਗੀ ਰਵਾਨਾ ਕਰਗਨ। ਸ੍ਰੀ ਮੋਦੀ ਹੋਰ 660 ਕਰੋੜ ਰੁਪਏ ਸ਼ਮਤੇ ਦੀ ਕਈ ਰੇਲ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਤੇ ਦੇਸ਼ ਗੀ ਸਮਰਪਿਤ ਵੀ ਕਰਗਨ। ਉਹ ਟਾਟਾ ਨਗਰ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ 20,000 ਲਾਭਾਰਥੀਆਂ ਗੀ ਮਨਜ਼ੂਰੀ ਪੱਤਰ ਵੀ ਪ੍ਰਦਾਨ ਕਰਗਨ। ਇਸ ਮੌਕੇ ਪਰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਅਸਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸ਼ਰਮਾ ਤੇ ਭਾਰਤੀ ਜਨਤਾ ਪਾਰਟੀ ਦੇ ਝਾਰਖੰਡ ਪ੍ਰਮੁੱਖ ਬਾਬੂ ਲਾਲ ਮਰਾਂਡੀ ਵੀ ਉੱਥੇ ਮੌਜੂਦ ਹੋਣਗੇ। ਚੌਹਾਨ ਹੋਰੇ ਦੱਸਿਆ ਕਿ ਪ੍ਰਧਾਨ ਮੰਤਰੀ ਹੋਰ 5 ਕਰੋੜ ਰੁਪਏ ਸ਼ਮਤੇ ਦੀ ਰਕਮ ਲਾਭਾਰਥੀਆਂ ਦੇ ਖਾਤੇ ਚ ਮੁੰਤਕਲ ਕਰਗਨ। ਉਹਨੇ ਆਖਿਆ ਜੇ 46,000 ਲਾਭਾਰਥੀਆਂ ਦੇ ਨਵੇਂ ਬਣੇ ਦੇ ਘਰਾਂ ਦਾ ਗ੍ਰਹਿ ਪ੍ਰਵੇਸ਼ ਕਾਰਜਕ੍ਰਮ ਵੀ ਆਯੋਜਿਤ ਕੀਤਾ ਜਾਗ। ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੇ ਆਖਿਆ ਜੇ ਕਿ ਆਤੰਕਵਾਦ ਥਮਾਂ ਬਿਹਤਰ ਤਰੀਕੇ ਨੇ ਮੁਕਾਬਲੇ ਲਈ ਰਾਸ਼ਟਰੀ ਜਾਂਚ ਪੜਤਾਲ ਸਬੰਧੀ ਏਜੰਸੀ NIA ਤੇ ਰਾਜ ਆਤੰਕ ਰੋਧੀ ਦਸਤੇ ਵਿਚਕਾਰ ਹੋਰ ਮਤਾ ਤਾਲਮੇਲ ਦੀ ਜ਼ਰੂਰਤ ਹੈ। ਕੱਲ ਨਵੀਂ ਦਿੱਲੀ ਚ ਰਾਸ਼ਟਰੀ ਸੁਰੱਖਿਆ ਕਾਰਨਨੀਤੀ ਸੰਮੇਲਨ ਚ ਉਹਨੇ ਰਾਜਾਂ ਦੇ ਪੁਲਿਸ ਮਹਾਨਿਦੇਸ਼ਕਾਂ ਕੀ ਅਪੀਲ ਕੀਤੀ ਜੇ ਉਹ ਬਰੇ 2047 ਤੋੜੀ ਭਾਰਤ ਕੀ ਵਿਕਸਿਤ ਰਾਸ਼ਟਰ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਤਹੀਏ ਕੀ ਅੱਗੇ ਵਧਾਉਣ ਦੀ ਦਿਸ਼ਾ ਚ ਕੰਮ ਕਰਨ। ਸ਼ਾਹਰੇ ਮਾਓਵਾਦ ਦੀ ਮਾਰਾ ਏਠ ਇਲਾਕੇ ਚ ਥੋਈ ਦੀ ਸਫਲਤਾ ਪਰ ਸੰਤੋਖ ਬੁੱਝਿਆ ਤੇ ਉਹਨੇ ਰਾਜਾਂ ਗੀ ਸੋਗਾ ਰੋਣੇ ਗੀ ਆਖਿਆ ਜਿਹੜੇ ਹਥਿਆਰਬੰਦ ਗੁੱਟ ਆਲੇ ਇਲਾਕੇ ਗੀ ਖਾਲੀ ਕਰਾਣੇ ਚ ਆਲ ਚ ਕਾਮਯਾਬ ਹੋਏ ਨਾ। ਗ੍ਰਹਿ ਮੰਤਰੀ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਸਭ ਖੱਬੇ ਤੜੇ ਆਲਾ ਬਖਬਾਦ ਤੇ ਪੂਰਵੋਤਰ ਸਣੇ ਰਾਸ਼ਟਰੀ ਸੁਰੱਖਿਆ ਕਰਨੇ ਜੁੜੇ ਕਈ ਪੁਰਾਣੇ ਮੁੱਦੇ ਗੀ ਸੁਲਝਾਣੇ ਦੇ ਮਾਮਲੇ ਚ ਕਾਫੀ ਪ੍ਰਗਤੀ ਹੋਈ ਹੈ ਤੇ ਹੁਣ ਰਾਸ਼ਟਰੀ ਸੁਰੱਖਿਆ ਦੀ ਨਵੀਂ ਚੁਣੌਤੀਆਂ ਦੀ ਪਛਾਣ ਕਰਨੇ ਦੀ ਜ਼ਰੂਰਤ ਹੈ। ਇਹਦੇ 'ਚ ਨਸ਼ੀਲੇ ਪਦਾਰਥਾਂ ਦੇ ਨਜਾਇਜ਼ ਕਾਰੋਬਾਰ, ਨਜਾਇਜ਼ ਡਰੋਨ ਤੇ ਆਨਲਾਈਨ ਫਰਜ਼ੀਵਾੜੇ ਸ਼ਾਮਲ ਨਾ ਤਾਂ ਜੇ ਇਹ ਮੁੱਦੇ ਵੱਡੀ ਚੁਣੌਤੀ 'ਚ ਨਹੀਂ ਤਬਦੀਲ ਹੋਈ ਸਕਣ।
ਦੂਰਦਰਸ਼ਨ ਅੱਜ ਆਪਣੀ ਸਥਾਪਨਾ ਦੀ 65ਵੀਂ ਵਰ੍ਹੇਗੰਢ ਮਨਾਉਂਦਾ ਹੈ। ਮੁਲਕ ਵਿੱਚ ਟੈਲੀਵਿਜ਼ਨ ਪ੍ਰਸਾਰਣ ਦੀ ਸ਼ੁਰੂਆਤ 15 ਸਤੰਬਰ 1959 ਕੀ ਹੋਈ ਸੀ, ਜਦੋਂ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਹੋਰੇ ਇਹਦੇ ਪਹਿਲੇ ਪ੍ਰਸਾਰਣ ਦੀ ਸ਼ੁਰੂਆਤ ਕੀਤੀ ਸੀ। ਅੱਜ ਦੂਰਦਰਸ਼ਨ ਦਾ ਆਪਣਾ ਇੱਕ ਵਿਆਪਕ ਨੈੱਟਵਰਕ ਹੈ ਅਤੇ ਆਪਣੇ ਬੂਤ ਹੈ, ਪਰ ਇਹ ਭਾਰਤ ਦਾ ਸਭ ਨਾਲੋਂ ਵੱਡਾ ਲੋਕ ਪ੍ਰਸਾਰਕ ਹੈ, ਜਿਹਦੀ ਪੁੱਜ ਹਰ ਦੂਰ ਦਰੇਡੇ ਇਲਾਕੇ ਤੋੜੀ ਵੀ ਹੈ। ਦੂਰਦਰਸ਼ਨ ਦੇ 6 ਰਾਸ਼ਟਰੀ ਅਤੇ 22 ਖੇਤਰੀ ਚੈਨਲ ਪਰ 24 ਘੰਟੇ ਪ੍ਰਸਾਰਣ ਹੁੰਦਾ ਹੈ। ਇਹਦੇ ਇਲਾਵਾ ਦੂਰਦਰਸ਼ਨ ਦਾ ਇੱਕ ਅੰਤਰਰਾਸ਼ਟਰੀ ਚੈਨਲ ਵੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਪਰ ਸੁਣਾਰਦੇ ਹੋ। ਸੀਬੀਆਈ ਨੇ ਕੋਲਕਾਤਾ ਚ ਮਹਿਲਾ ਡਾਕਟਰ ਕਰਨੇ ਦੁਸ਼ਕਰਮ ਮਾਮਲੇ ਚ ਆਰਜੀਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਤਲਾ ਥਾਣੇ ਦੇ ਸਾਬਕਾ ਪ੍ਰਭਾਰੀ ਅਭਿਜੀਤ ਮੰਡਲ ਗੀ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਸਬੂਤਾਂ ਕਰਨੇ ਛੇੜਛਾੜ ਕਰਨੇ ਤੇ ਜਾਂਚ ਉਪਰ ਅਸਰ ਪਾਣੇ ਦੇ ਆਰੋਪ ਚ ਕੀਤੀ ਗਈ ਹੈ। ਸੀਬੀਆਈ ਕੋਲਕਾਤਾ ਦੇ 2 ਹੋਰ ਨੇ ਪੁਲਿਸ ਅਧਿਕਾਰੀਆਂ ਪਰ ਵੀ ਤੱਕ ਰੱਖਦੀ ਹੈ ਤੇ ਤਲਾ ਥਾਣੇ ਦੇ ਇੱਕ ਉਪ ਨਿਰੀਕਸ਼ਕ ਥਮਾਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ। ਆਰੋਪ ਹੈ ਜੇ ਸੰਦੀਪ ਘੋਸ਼ ਨੇ FIR ਦਰਜ ਕਰਾਉਣੇ ਚ ਚਿਰ ਲਾਇਆ ਹਾ। 9 ਅਗਸਤ ਕੀ ਸਖੇਤਰੂ ਡਾਕਟਰ ਦੀ ਲੋਥ ਥੋਨੇ ਮਗਰਾ FIR ਦਰਜ ਕਰਨੇ ਚ ਪੁਲਿਸ ਕੀ 12 ਘੰਟੇ ਦਾ ਸਮਾਂ ਲੱਗਿਆ। ਇਹਦੇ ਕੋਲ ਪਹਿਲੇ CBI ਨੇ ਘੋਸ਼ ਗੀ ਮਾਮਲੀ ਮਾਲੀ ਬੇਜ਼ਾਬਤਗੀਆਂ ਦੇ ਮਾਮਲੇ ਚ ਹਿਰਾਸਤ ਚ ਲੈਤਾ ਹਾ। ਇਸ ਬਰੇ 20 ਨਵੰਬਰ ਥਮਾਂ 28 ਨਵੰਬਰ ਤੋੜੀ ਗੋਆ ਚ ਪ੍ਰਸਤਾਵਿਤ ਅੰਤਰਰਾਸ਼ਟਰੀ ਫਿਲਮ ਸਮਾਰੋਹ ਚ ਨੌਜਵਾਨ ਫਿਲਮ ਨਿਰਮਾਤਾਏ ਲਈ ਸਰਵਸ਼੍ਰੇਸ਼ਟ ਡੈਬਿਊ ਭਾਰਤੀ ਫਿਲਮ ਖੰਡ 2024 ਦੀ ਸ਼ੁਰੂਆਤ ਕੀਤੀ ਜਾਗ। ਇਸ ਖੰਡ ਚ ਵੱਧੋ ਵੱਧ 5 ਡੈਬਿਊ ਫਿਲਮਾਂ ਦੱਸੀਆਂ ਜਾਂਗਨ। ਸ਼੍ਰੇਸ਼ਟ ਡੈਬਿਊ ਭਾਰਤੀ ਫਿਲਮ ਖੰਡ ਲਈ ਪ੍ਰਵਿਸ਼ਟੀਆਂ 23 ਸਤੰਬਰ 2024 ਤੋੜੀ ਭੇਜੀ ਜਾ ਸਕਦੀਆਂ ਨੇ। ਕੇਰਲ ਚ ਅੱਜ ਥਿਰੂ ਓਨਮ ਮਨਾਇਆ ਜਾਂਦਾ ਹੈ। ਰਾਜ ਚ ਓਨਮ ਇੱਕ ਸਭ ਨਾਲੋਂ ਵੱਡੀ ਸੰਸਕ੍ਰਿਤਿਕ ਤੇ ਪਵਿੱਤਰ ਤਿਹਾੜਾ ਹੈ। ਸਮੁੱਚੇ ਵਿਸ਼ਵ ਚ ਕੇਰਲ ਵਾਸੀ ਇਹ ਤਿਉਹਾਰ ਬੜੇ ਗੇ ਜੋਸ਼ੋ ਖਰੋਸ਼ ਕਰਨੇ ਮਨਾਉਂਦੇ ਨਾ। ਇਹ ਤਿਉਹਾਰ ਰਾਜ ਦੇ ਮਹਾਨ ਰਾਜਾ ਮਹਾਬਲੀ ਦੇ ਘਰ ਵਾਪਸੀ ਦਾ ਪ੍ਰਤੀਕ ਹੈ, ਜਿਸ ਚ ਨੂਠੀ ਰਵਾਇਤੇ ਰੀਤੀ ਰਿਵਾਜੇ ਤੇ ਰਾਜ ਦੇ ਵੱਖ ਵੱਖ ਖਾਣੇ ਪੀਣੇ ਦੀ ਚੀਜ਼ਾਂ ਕੀ ਵੀ ਦਰਸਾਇਆ ਜਾਂਦਾ ਹੈ। ਓਨਮ ਕੇਰਲ ਦਾ ਬਾਡੀ ਵਾਲਾ ਤਿਉਹਾਰ ਵੀ ਹੈ, ਜਿਹੜਾ ਜੇ ਮਲਿਆਲਮ ਮਹੀਨੇ ਦੇ ਚਿੰਗਮ ਚ ਮਨਾਇਆ ਜਾਂਦਾ ਹੈ। ਇਹ ਰਾਜ ਦਾ ਸੁਨਹਿਰਾ ਸਮਾਂ ਮੰਨਿਆ ਜਾਂਦਾ ਹਾ, ਜਦੋਂ ਰਾਜਾ ਮਹਾਬਲੀ ਹੁੰਦੇ ਸਮੇਂ ਚ ਉਹ ਰਾਜ ਕਰਦੇ ਹੈ ਤੇ ਉਹਦਾ ਸਾਲਾਨਾ ਦੌਰਾ ਇਸ ਤਿਉਹਾਰ ਦਾ ਪ੍ਰਤੀਕ ਹੈ। ਓਨਮ ਗੀ ਮਸ਼ਹੂਰ ਓਨਾਸਾਡਿਆ, ਪੋਕਲਮ, ਓਨਾਕੁੜੀ, ਉਜਲਤਮ, ਪੁਲੀਕਲੀ, ਵੱਲਮ ਕਲੀ ਤੇ ਹੋਰ ਨੇ ਕਰਨੇ ਜੋੜੇ ਦਾ ਹੈ। ਕੇਰਲ ਦੀਆਂ ਸੜਕਾਂ ਲੋਕੇ ਕੰਨੇ ਪਰੋਚੀ ਦੀਆਂ ਨੇ ਤੇ ਲੋਕ ਤਿਉਹਾਰ ਮਨਾਉਂਦੇ ਨੇ। ਇਸ ਦਿਹਾੜੇ ਲੋਕ ਇੱਕ ਦੂਏ ਕੰਨੇ ਗਲੇ ਮਿਲੀਏ ਇੱਕ ਦੂਏ ਕੀ ਮੁਬਾਰਕਾਂ ਵੀ ਦਿੰਦੀਆਂ ਨੇ। ਇਸ ਬਾਰੇ ਰਾਜ ਚ ਅਧਿਕਾਰਿਕ ਤੌਰਾਂ ਪਰ ਰਾਜ ਸਰਕਾਰਾਂ ਸਿਆਂ ਓਨਮ ਸਮਾਰੋਹ ਕੀ ਵਾਇਨਾਡ ਚ ਹੋਏ ਦੇ ਲਾਸ ਪੱਸੀਆਂ ਲਈ ਕਰੂਪੀ ਕਰੀ ਨਹੀਂ ਮਨਾਇਆ ਗਿਆ। ਭਾਰਤ ਦੇ ਨੇਜ਼ਾ ਸੁੱਟਣੇ ਵਾਲੇ ਖਿਡਾਰੀ ਨੀਰਜ ਚੋਪੜਾ ਨੇ ਡਾਇਮੰਡ ਲੀਗ ਦਾ ਚਾਂਦੀ ਦਾ ਤਮਗਾ ਜਿੱਤੀ ਲੈਤਾ ਹੈ। ਕੱਲ ਬੈਲਜੀਅਮ ਦੀ ਰਾਜਧਾਨੀ ਬ੍ਰਸਲਸ ਚ ਨੀਰਜ ਨੇ 87.86 ਮੀਟਰ ਦੇ ਛਿੰਡੇ ਪਰ ਨੇਜ਼ਾ ਸੁੱਟੀਏ ਤੇ ਉਹ ਛੜੇ 1 ਸੈਂਟੀਮੀਟਰ ਦੇ ਫਰਕ ਕਰਨੇ ਸੁਨੇ ਦਾ ਤਮਗਾ ਹਾਸਲ ਕਰਨੇ ਸ਼ਾਂ ਖੁੰਜੀ ਕੇ। ਸੁਨੇ ਦਾ ਤਮਗਾ ਪੈਰਿਸ ਓਲੰਪਿਕਸ ਚ ਕੈਨ ਦਾ ਤਮਗਾ ਜਿੱਤਣੇ ਵਾਲੇ ਐਂਡਰਸਨ ਪੀਟਰਸ ਨੇ ਜਿੱਤਿਆ। ਭਾਰਤੀ ਮੌਸਮ ਵਿਭਾਗ ਨੇ ਮੁਲਕ ਦੇ ਪੱਛਮ, ਮੱਧ ਤੇ ਦੱਖਣੀ ਹਿੱਸੇ ਚ ਭਾਰੀ ਥਮਾਂ ਬੜੀ ਭਾਰੀ ਵਰਖੇ ਦੀ ਚੇਤਾਵਨੀ ਜਾਰੀ ਕੀਤੀ ਹੈ।
मौसम विभाग ने आख्या जे विदर्भ च अज छत्तीसगढ़ ते झारखंड च बड़ी भारी बरखा बरने दी आसार न। एदे अलावा विभाग ने आंध्र प्रदेश दे समुन्द्री कंडे आले इलाके सने यानम, तेलंगाना, कर्नाटक, रायलसीमा, केरल ते पूर्वोत्तर दे राज्यां च बड़ी भारी बरखा बरने दी ते गुजरात दे किश हिस्से सने मराठवाड़ा, पश्चिमी मध्य प्रदेश, राजस्थान, हिमाचल प्रदेश, उत्तराखंड ते उत्तर प्रदेश च अज भारी बरखें दी पेशनगोई कीती है। मौसम विभाग ने आख्या जे चक्करवाती तूफान आसना अरब सागर च दक्खन ते दक्खन पश्चिम बक्खी अग्गे बधारदा है। ते हुन अखीर च खास खास खबरां इक बारी फ्ही सुनी लाओ। प्रधानमंत्री नरेंद्र मोदी और अज गुजरात, झारखंड ते ओडिशा दे 3 दिनें दे दौरे पर। राष्ट्रीय सुरक्षा कार्यनीति सम्मेलन च गृहमंत्री अमित शाह होरें NIA ते राज्य आतंकरोधी दस्ते बश्कार आपू च सहयोग बधावा दा आह्वान कीता है। महिला डॉक्टर कन्नै दुष्कर्म मामले च आरजीकर मेडिकल कॉलेज के साबका प्रिंसिपल संदीप घोष ते तला थाने दे साबका प्रभारी अभिजीत मंडल गी CBI ने गिरफ्तार किया है। 55वें ईफी 2024 च नवोदित भारतीय फिल्में लई नवा खंड शुरू किया गया है। केरल च राज्य च सबने शा वड्डा सांस्कृतिक महोत्सव ते सबने शा पवित्र ध्याड़ा तिरुवनम ओणम मनाया जा। ब्रुसल्स च नीरज चोपड़ा होरें डायमंड लीग फाइनल च दुई थार हासिल की। इस वेले दे बुलेटिन च बस इन्ना गै।